ਅੱਛਾ ਹੁਣ ਸੈਂਟਰਾ ਗੇਮ ਚੋਂ ਆਏ ਹੋ ਹਾਂਜੀ ਅੰਦਰ ਰੌਲਾ ਪਿਆ ਹੋਇਆ ਜੀ ਕੋਈ ਹਾਂਜੀ ਹਾਂਜੀ ਕਹਿ ਰਹੇ ਜੀ ਅੰਦਰ ਕੀ ਕਹਿ ਰਹੇ ਨੇ ਜੀ ਕਿ ਲੈਪਟਾਪ ਆਇਆ ਅੰਦਰ ਕੋਈ ਅੱਛਾ ਹਾਂਜੀ ਕਹਿੰਦੇ ਖਾਲੀ ਖੁੱਲੀ ਕਰਾ ਰਹੇ ਨੇ ਪੂਰੇ ਫਲੈਟ ਬੇਸਮੈਂਟ ਕਹਿੰਦੇ ਖਾਲੀ ਖਾਲੀ ਕਰਾ ਰਹੇ ਬੇਸਮੈਂਟ ਵਿੱਚ ਚੈਕਿੰਗ ਹੋ ਰਹੀ ਹੈ ਪੁਲਿਸ ਵਾਲੇ ਆਏ ਹੋਏ ਨੇ जंगलात विभाग वाले भी आए हुए ने ਸਰ ਕਿਤੇ ਨਾ ਕਿਤੇ ਡਰ ਦਾ ਮਾਹੌਲ ਆ ਜੀ ਨਹੀਂ ਜੀ ਕੋਈ ਡਰ ਦਾ ਮਾਹੌਲ ਨਹੀਂ ਅੱਛਾ ਨਹੀਂ ਬਾਈ ਫੋਰਸ ਆਈ ਹੋਈ ਹੈ ਜਿੱਦਾਂ ਅੰਡਰ ਕੰਟਰੋਲ ਹੈ ਜੀ ਸਭ ਅੱਛਾ ਮੂਵਮੈਂਟ ਚੱਲ ਰਹੀ ਹੈ ਹਾਂਜੀ ਦੇਖਿਆ ਗਿਆ ਵੈਸੇ ਤੁਸੀਂ ਦੇਖਿਆ ਸ਼ਿਫਟ ਕੈਮਰੇ ਵਿੱਚ ਨਜ਼ਰ ਆਇਆ ਜੀ ਇਹਨਾਂ ਨੂੰ ਜਿਹੜੇ ਸਾਡੇ ਕੈਮਰੇ ਲੱਗੇ ਹੋਏ ਨੇ ਸੁਸਾਇਟੀ 'ਚ ਹਾਂਜੀ ਹਾਂਜੀ ਉਹਨਾਂ 'ਚ ਨਜ਼ਰ ਆਇਆ ਅੱਛਾ ਜੀ ਤੇ ਉਹ ਹੁਣ ਇਹ ਵੀ ਹੋ ਸਕਦਾ ਕਿ ਨਿਕਲ ਗਿਆ ਹੋਵੇ ਅੱਛਾ ਅਨਾਉਂਸਮੈਂਟ ਕੀਤੀ ਗਈ ਹੈ ਵੀ ਕਹਿੰਦੇ ਸਾਵਧਾਨ ਰਹੋ ਹਾਂਜੀ ਹਾਂਜੀ ਅਨਾਉਂਸਮੈਂਟ ਕੀਤੀ ਹਾਂਜੀ ਸਾਰਿਆਂ ਨੂੰ ਮੈਸੇਜ ਭੇਜਿਆ ਗਿਆ ਸਭ ਅੰਡਰ ਕੰਟਰੋਲ ਹੈ ਥੈਂਕ ਯੂ ਵੈਰੀ ਮਚ ਸਰ ਕਿਹੜੇ ਚੌਂਕੀ ਤੋਂ ਆਏ ਹੋ ਸਰ ਕਿਹੜੇ ਥਾਣੇ ਤੋਂ ਆ ਜੀ ਸਰ ਅਸੀਂ ਪੀਸੀਆਰ ਵਾਲੇ ਹਾਂ ਜੀ ਅੱਛਾ ਤੁਹਾਨੂੰ ਇਨਫੋਰਮ ਕੀਤਾ ਗਿਆ ਕੀ ਇਨਫੋਰਮ ਕੀਤਾ ਗਿਆ ਸੀ ਸਾਨੂੰ ਇਨਫੋਰਮ ਕੀਤਾ ਗਿਆ ਹੈ ਕਿ ਅੰਦਰ ਜਿਹੜਾ ਆ ਤੇਂਦੂਆ ਆ ਵੇਖਿਆ ਗਿਆ ਆ ਪਰ ਹੱਲੇ ਲੱਭਾ ਨਹੀਂ ਆ ਕਿਸੇ ਨੂੰ ਵੀ ਕੁਝ ਸਰ ਸੀਸੀਟੀਵੀ ਕੈਮਰਿਆਂ 'ਚ ਕਹਿੰਦੇ ਇੱਕ ਰਿਕਾਰਡ ਹੋਇਆ ਜੀ ਕੈਮਰੇ ਚੈੱਕ ਕਰ ਰਹੇ ਆ ਅਫਸਰ ਸਾਡੇ ਹੱਲੇ ਤੇ ਅੰਦਰ ਅਫਸਰ ਬੈਠੇ ਹੋਏ ਆ ਸਾਰੇ ਚੈੱਕ ਕਰਨ ਲਈ ਕੋਈ ਜੰਗਲਾਤ ਵਿਭਾਗ ਤੋਂ ਵੀ ਜੰਗਲਾਤ ਮਹਿਕਮੇ ਤੇ ਵੀ ਆਏ ਹੋਏ ਆ ਬੰਦੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕੀਤੀ ਗਈ ਅੰਦਰ ਜੀ ਅੰਦਰ ਅਪੀਲ ਹਲੇ ਕਰਨ ਲੱਗੇ ਆ ਸਰ ਹਲੇ ਕਿਉਂਕਿ ਬੇਸਮੈਂਟ 'ਚ ਅੰਦਰ ਪੈੜਾਂ ਦੇਖੀਆਂ ਹਲੇ ਕੁਛ ਕਿਸੇ ਨੂੰ ਕੁਛ ਨਹੀਂ ਪਤਾ ਕਿਹਦੀਆਂ ਪੈੜਾਂ ਕੀ ਆ ਅੱਛਾ ਪਰ ਲੋਕਾਂ ਨੂੰ ਸਾਵਧਾਨ ਰਹਿਣ ਲਈ ਤੱਕਿਆ ਗਿਆ ਸਾਵਧਾਨ ਲੱਗੇ ਆ ਜੀ ਕਹਾ ਕੇ ਲਾਉਸਮੈਂਟ ਲੱਗੇ ਕਰਨ ਪਿੱਛੇ ਬਾਜੀਗਰ ਕਲੋਨੀ ਤੇ ਉੱਧਰ ਪਿੱਛੇ ਸਾਰੇ ਭਾਈਵਾਲਾ ਕਲੋਨੀ 'ਚ ਲਾਉਸਮੈਂਟ ਲੱਗੇ ਆ ਕਰਨ ਦੀ ਇਹਨਾਂ ਮਤਲਬ ਆਸ ਪਾਸ ਦੇ ਇਲਾਕਿਆਂ ਨੂੰ ਵੀ ਤੁਸੀਂ ਸੁਚੇਤ ਕਰਨ ਲੱਗੇ ਹੋ ਹਾਂਜੀ ਪਾਰਕਿੰਗ ਖਾਲੀ ਕਰਵਾਈ ਆ ਅੰਦਰੋਂ ਪਾਰਕਿੰਗ ਲੱਗੇ ਖਾਲੀ ਕਰਾਉਣ ਹੱਲੇ ਲੋਕ ਸੁੱਤੇ ਨਹੀਂ ਉੱਠੇ ਪਾਰਕਿੰਗ ਹੀ ਖਾਲੀ ਕਰਾਉਣੀ ਆ ਲੱਗੇ ਕਰਾਉਣ ਨਹੀਂ ਪਰ ਜਿਹੜੇ ਆਸ-ਪਾਸ ਦੇ ਇਲਾਕੇ ਉਥੇ ਮਤਲਬ ਅਨਾਉਂਸਮੈਂਟ ਕਰੋਗੇ ਗੁਰਦੁਆਰਾ ਸਾਹਿਬ ਜੀ ਜਾਂ ਕਿਵੇਂ ਗੁਰਦੁਆਰਾ ਸਾਹਿਬ ਤੋਂ ਕਰਾਵਾਂਗੇ ਜਾਂ ਅਸੀਂ ਆਪਣੀ ਗੱਡੀ ਨਾਲ ਲੱਗੇ ਅਨਾਉਂਸਮੈਂਟ ਕਰਨ ਤੇ ਕੌਣ-ਕੌਣ ਪਹੁੰਚੇ ਹੋਏ ਜੀ ਅੰਦਰ ਤੁਹਾਡੀ ਟੀਮਾਂ ਜੰਗਲਾਤ ਦੀ ਵੀ ਪਹੁੰਚੀ ਹੋਈ ਹੈ ਜੰਗਲਾਤ ਮਹਿਕਮੇ ਦੀ ਟੀਮਾਂ ਪਹੁੰਚੀਆਂ ਹੋਈਆਂ ਅੰਦਰ ਤੇ ਅੰਦਰ ਲੋਕਾਂ ਨਾਲ ਗੱਲਬਾਤ ਹੋਈ ਹੈ ਕਿਸੇ ਨੇ ਦੇਖਿਆ ਹੈ ਲੋਕਾਂ ਨੇ ਵੀ ਗੱਲ ਕੀਤੀ ਹੈ ਅੰਦਰ ਸਿਕਿਉਰਿਟੀ ਵਾਲਿਆਂ ਨੇ ਦੇਖਿਆ ਹੈ ਇਹੀ ਕਹਿ ਰਹੇ ਆ ਹਰੇ ਬਾਕੀ ਹੋਰ ਤੇ ਕਿਸੇ ਨੇ ਲਈ ਦੇਖਿਆ ਨਹੀਂ ਕਹਿੰਦੇ ਸੀਸੀਟੀਵੀ ਫੁਟੇਜ ਵੀ ਆਇਆ ਫੋਟੋ ਜੀ ਆਏ ਪੈੜਾਂ ਪੂੜਾਂ ਦੇ ਦੇਖਣ ਹੁਣ ਦੇਖੋ ਕੀ ਕਰਦੇ ਦੇਖੇ ਲੱਭਣ ਦੇ ਹੁਣ ਕਈ ਸਿਕਿਉਰਿਟੀ ਵਾਲੇ ਕਹਿੰਦੇ ਆ ਵੀ ਬਾਹਰ ਨਿਕਲ ਗਿਆ ਆ ਤੇ ਕੁਝ ਕਹਿੰਦੇ ਹਜੇ ਅੰਦਰ ਆ ਬਾਹਰ ਵੀ ਲੱਗੇ ਲਾਉਸਮੈਂਟ ਕਿੰਨੇ ਕੁ ਵਜੇ ਦਾ ਦੱਸਿਆ ਜਾ ਰਿਹਾ ਕਿੰਨੇ ਕੁ ਵਜੇ ਤੱਕ ਇਹ ਰਾਤ ਦਾ ਹੀ ਅਗਦੇ ਵਾਕਿਆ ਹੋਇਆ ਹੁਣ ਸਵੇਰੇ ਲੱਗੇ ਸਾਰੇ ਚੈੱਕ ਕਰ ਰਹੇ ਹਜੇ ਜੰਗਲਾਤ ਵਿਭਾਗ ਵਾਲੇ ਆ ਗਏ ਅੰਦਰ ਹਾਂਜੀ ਆ ਗਏ ਅੰਦਰ ਆ ਗਏ ਜੀ